हेलो डियर स्टूडेंट्स लर्निंग इज फन चैनल ਦੇ ਵਿੱਚ ਆਪ ਸਭ ਦਾ ਸਵਾਗਤ ਹੈ ਸੋ ਅੱਜ ਅਸੀਂ ਸਮਾਜਿਕ ਸਿੱਖਿਆ ਦੇ ਜਮਾਤ 7 ਦੇ ਪਾਠ 6 ਮਹਾਸਾਗਰ ਦੇ 1 ਵਰਡ ਵਾਲੇ ਕੁਐਸਚਨ ਆਨਸਰਸ ਕਰਾਂਗੇ ਸੋ سٹਾਰਟ ਕਰਦੇ ਹਾਂ ਪਹਿਲੇ ਕੁਐਸਚਨ ਦੇ ਨਾਲ ਧਰਤੀ ਉੱਤੇ ਜਲ ਕਿੰਨੇ ਪ੍ਰਤੀਸ਼ਤ ਹੈ ਅਤੇ ਥਲ ਕਿੰਨੇ ਪ੍ਰਤੀਸ਼ਤ ਹੈ ਧਰਤੀ ਦੇ ਉੱਪਰ 71% ਜਲ ਤੇ 29% ਥਲ ਭਾਗ ਹੈ ਜਿਹੜੀ ਜਲ ਤੇ ਥਲ ਦੀ ਵੰਡ ਹੈ ਧਰਤੀ ਦੇ ਉੱਤੇ 71% ਜਿਹੜਾ ਜਲ ਭਾਗ ਹੈ ਤੇ 29% ਥਲ ਭਾਗ ਹੈ। ਪ੍ਰਸ਼ਨ ਨੰਬਰ 2 ਵਿਸ਼ਾਲ ਜਲ ਭਾਗ ਨੂੰ ਕੀ ਕਿਹਾ ਜਾਂਦਾ ਹੈ? ਇਹਦਾ ਉੱਤਰ ਹੈ ਵਿਸ਼ਾਲ ਜਲ ਭਾਗ ਨੂੰ ਮਹਾਸਾਗਰ ਆਖਦੇ ਹਨ। ਪ੍ਰਸ਼ਨ ਨੰਬਰ 3 ਭਾਰਤ ਦੇ ਦੱਖਣ ਵਿੱਚ ਲੱਗਦੇ ਮਹਾਸਾਗਰ ਦਾ ਨਾਮ ਦੱਸੋ। ਇੱਥੇ ਹੈਗਾ ਲੱਗਦੇ ਭਾਰਤ ਦੇ ਦੱਖਣ ਵਿੱਚ ਲੱਗਦੇ ਮਹਾਸਾਗਰ ਦਾ ਨਾਮ ਹਿੰਦ ਮਹਾਸਾਗਰ ਹੈ। ਔਰ ਇਹ ਦੁਨੀਆ ਦਾ ਇੱਕੋ ਇੱਕ ਮਹਾਸਾਗਰ ਹੈ ਜਿਸ ਦਾ ਨਾਮ ਕਿਸੇ ਦੇਸ਼ ਦੇ ਨਾਮ ਤੇ ਹੈ ਜਿਵੇਂ ਹਿੰਦੁਸਤਾਨ ਦੇ ਨਾਮ ਉੱਤੇ ਹਿੰਦ ਮਹਾਸਾਗਰ। ਪ੍ਰਸ਼ਨ ਨੰਬਰ 4 ਸਭ ਤੋਂ ਵੱਡੇ ਤੇ ਸਭ ਤੋਂ ਛੋਟੇ ਮਹਾਸਾਗਰ ਦਾ ਨਾਮ ਦੱਸੋ। ਸਭ ਤੋਂ ਵੱਡਾ ਮਹਾਸਾਗਰ ਹੈ ਸ਼ਾਂਤ ਮਹਾਸਾਗਰ ਤੇ ਸਭ ਤੋਂ ਛੋਟਾ ਮਹਾਸਾਗਰ ਹੈ ਆਰਕਟਿਕ ਮਹਾਸਾਗਰ ਸਭ ਤੋਂ ਵੱਡਾ ਮਹਾਸਾਗਰ ਸ਼ਾਂਤ ਮਹਾਸਾਗਰ ਤੇ ਸਭ ਤੋਂ ਛੋਟਾ ਮਹਾਸਾਗਰ ਆਰਕਟਿਕ ਮਹਾਸਾਗਰ ਹੈ ਪ੍ਰਸ਼ਨ ਨੰਬਰ 5 ਮਹਾਸਾਗਰੀ ਜਲ ਦੀਆਂ ਕਿੰਨੀਆਂ ਗਤੀਆਂ ਹਨ ਮਹਾਸਾਗਰੀ ਜਲ ਦੀਆਂ ਤਿੰਨ ਗਤੀਆਂ ਹਨ ਕੁੱਲ ਤਿੰਨ ਗਤੀਆਂ ਮਹਾਸਾਗਰੀ ਜਲ ਦੀਆਂ ਨੰਬਰ 1 ਲਹਿਰਾਂ ਨੰਬਰ 2 ਸਾਗਰੀ ਧਰਾਵਾਂ ਤੇ ਨੰਬਰ 3 ਜਵਾਰ ਪਾਟਾ ਪ੍ਰਸ਼ਨ ਨੰਬਰ 6 ਲੰਡਨ ਦੀ ਬੰਦਰਗਾਹ ਤੇ ਕਿਸ ਨਦੀ ਦੇ ਕੰਢੇ ਲੰਡਨ ਦੀ ਬੰਦਰਗਾਹ ਕਿਸ ਨਦੀ ਦੇ ਕੰਢੇ ਉੱਪਰ ਹੈ ਲੰਡਨ ਦੀ ਬੰਦਰਗਾਹ ਜਿਹੜੀ ਹੈ ਉਹ ਟੇਮ ਚ ਨਦੀ ਦੇ ਕੰਢੇ ਉੱਪਰ ਸਥਿਤ ਹੈ ਪ੍ਰਸ਼ਨ ਨੰਬਰ 7 ਲਹਿਰ ਦੀ ਵੱਧ ਤੋਂ ਵੱਧ ਉਚਾਈ ਤੇ ਘੱਟ ਤੋਂ ਵੱਧ ਤੋਂ ਵੱਧ ਡੁੰਗਾਈ ਨੂੰ ਕੀ ਕਿਹਾ ਜਾਂਦਾ ਲਹਿਰ ਦੀ ਵੱਧ ਤੋਂ ਵੱਧ ਉਚਾਈ ਤੇ ਵੱਧ ਤੋਂ ਵੱਧ ਡੁੰਗਾਈ ਨੂੰ ਕੀ ਕਿਹਾ ਜਾਂਦਾ ਲਹਿਰ ਦੀ ਵੱਧ ਜਿਹੜੀ ਉਚਾਈ ਹੈ ਉਸ ਨੂੰ ਲਹਿਰ ਦਾ ਸਿਖਰ ਆਖਦੇ ਹਨ ਤੇ ਜਿਹੜੀ ਡੂੰਘਾਈ ਹੈ ਉਸ ਨੂੰ ਲਹਿਰ ਦਾ ਗਰਤ ਉਚਾਈ ਨੂੰ ਲਹਿਰ ਦਾ ਸਿਖਰ ਤੇ ਡੂੰਘਾਈ ਨੂੰ ਲਹਿਰ ਦਾ ਗਰਤ ਕਿਹਾ ਜਾਂਦਾ ਹੈ ਸੋ ਪ੍ਰਸ਼ਨ ਨੰਬਰ 8 ਕਿਹੜੇ ਸਾਗਰ ਦਾ ਨਾਮ ਭਾਰਤ ਦੇਸ਼ ਦੇ ਨਾਂ ਤੇ ਪਿਆ ਹੈ ਹਿੰਦ ਮਹਾਸਾਗਰ ਦਾ ਨਾਮ ਭਾਰਤ ਦੇਸ਼ ਦੇ ਨਾਮ ਦੇ ਉੱਤੇ ਪਿਆ ਹੈ ਸੋ ਪ੍ਰਸ਼ਨ ਨੰਬਰ 9 ਸਭ ਤੋਂ ਵੱਧ ਲੂਣ ਦੀ ਮਾਤਰਾ ਕਿਹੜੇ ਸਾਗਰ ਵਿੱਚ ਹੈ ਸਭ ਤੋਂ ਵੱਧ ਲੂਣ ਦੀ ਮਾਤਰਾ ਜਿਹੜੀ ਹੈ ਉਹ ਮ੍ਰਿਤ ਸਾਗਰ ਦੇ ਵਿੱਚ ਹੈ ਜਿਹਦੇ ਕਾਰਨ ਉਹਦੇ ਵਿੱਚ ਸੰਗਣਤਾ ਬਹੁਤ ਜ਼ਿਆਦਾ ਹੈ ਔਰ ਉਹਦੇ ਵਿੱਚ ਕੋਈ ਵੀ ਅਣ ਸਿੱਖਿਆ ਮਨੁੱਖ ਜਿਹਨੂੰ ਤਾਰੀ ਤੈਰਨੀ ਵੀ ਨਹੀਂ ਆਉਂਦੀ ਉਹ ਵੀ ਉਹਦੇ ਵਿੱਚ ਆਸਾਨੀ ਦੇ ਨਾਲ ਤੈਰ ਸਕਦਾ ਹੈ ਤੇ ਡੁੱਬਦਾ ਨਹੀਂ ਉਹਦੇ ਵਿੱਚ ਤੈਰ ਲੈਂਦਾ ਹੈ ਜਿਹਨੂੰ ਜਿਹਨੂੰ ਤਾਰੀ ਨਹੀਂ ਵੀ ਤੰਨੀ ਆਉਂਦੀ ਉਹ ਵੀ ਮ੍ਰਿਤ ਸਾਗਰ ਦੇ ਵਿੱਚ ਤਾਰੀ ਤੈਰ ਸਕਦਾ ਹੈ ਜਦੋਂ ਸਾਗਰੀ ਜਲ ਕਰਨ ਕਿਸੇ ਨਿਸ਼ਚਿਤ ਦਿਸ਼ਾ ਵੱਲ ਚੱਲ ਪੈਂਦਾ ਹੈ ਤਾਂ ਉਸ ਨੂੰ ਕਿਹੜੀ ਧਾਰਾ ਕਿਹਾ ਜਾਂਦਾ ਹੈ ਤਾਂ ਉਸ ਨੂੰ ਮਹਾਸਾਗਰੀ ਧਾਰਾ ਕਿਹਾ ਜਾਂਦਾ ਹੈ ਸੋ ਇਹਦੇ ਨਾਲ ਤੁਹਾਡੇ ਪਾਠ 6 ਦੇ ਜਿਹੜੇ ਆ ਵਨ ਵਰਡ ਵਾਲੇ ਕੁਐਸਚਨ ਆਨਸਰਸ ਉਹ ਕੰਪਲੀਟ ਹੁੰਦੇ ਹਨ ਸੋ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਪਾਠ ਦੇ ਨਾਲ ਦੁਬਾਰਾ ਫਿਰ ਮਿਲਾਂਗੇ ਤਦ ਤੱਕ ਲਈ ਧੰਨਵਾਦ